ਇਹ ਜ਼ਿਮੀਦਾਰਾ ਮਾਲ ਡੰਗਰ ਇਹ ਸਾਡੇ ਪਿਓ ਦਾਦੇ ਦਾ ਕੰਮ ਆ, ਇਹ ਤੋਂ ਇਲਾਵਾ ਸਾਨੂੰ ਆਉਂਦਾ ਵੀ ਕੁਛ ਨਹੀਂ ਅਤੇ ਇਹ ਤੋਂ ਬਗੈਰ ਸਾਡਾ ਗੁਜ਼ਾਰਾ ਵੀ ਕੋਈ ਨਹੀਂ। ਪਰ ਲੱਗਦਾ ਇਹ ਨੌਕਰ ਸਾਨੂੰ ਛਡਾਣਗੇ। 2 ਲੱਖ ਰੁਪਈਆ ਐਡਵਾਂਸ ਦੇ ਕੇ ਨੌਕਰ ਰੱਖਿਆ ਸੀ ਅਤੇ ਉਹ ਮਾੜੀ ਜਿਹੀ ਗੱਲ ਹੋਈ, ਬਗੈਰ ਦੱਸਿਆ ਹੀ ਭੱਜ ਗਿਆ। 8 ਦਿਨ ਬਾਅਦ ਫੋਨ ਕੀਤਾ, ਕਹਿੰਦਾ ਮੈਂ ਫਲਾਣੀ ਜਗ੍ਹਾ ਬੜੇ ਤਕੜੇ ਬੰਦੇ ਕੋਲ ਆ ਗਿਆ, ਉਹਨੂੰ ਕਿਹਾ 2 ਲੱਖ ਰੁਪਈਆ। ਉਹਨੇ ਉਹ ਮਾਲਕ ਨਾਲ ਗੱਲ ਕਰਾਈ, ਉਹ ਕਹਿੰਦਾ 3000 ਰੁਪਈਆ ਕਿਸ਼ਤ ਕਰ ਲਓ। ਮੈਂ ਕਿਹਾ ਤਕੜਾ ਤੂੰ ਵੀ ਸਾਡੇ ਵਰਗਾ ਹੀ। ਉਹਨੂੰ ਕਿਹਾ ਦੇਈ ਜਾ 3000, ਬਾਕੀ ਰਹਿਣਾ ਨੇ ਤੇਰੇ ਕੋਲ ਵੀ ਕੋਈ ਨਹੀਂ। ਵੀ ਇਹ ਤਾਂ ਉਹ ਹੀ ਨਹੀਂ ਕਹਿਣ ਦਿੰਦੇ। ਗੱਲ ਕੀ ਹੋਈ ਵੀ ਉਹ ਪਾਣੀ ਰਾਤ 7 ਵਜੇ ਬੰਨਿਆ, ਉਹ ਕਣਕ ਦੀ ਕੋਰ ਕੱਢਣੀ ਸੀ, ਜਿਹੜੇ ਦੁਹਾੜੇ ਨੂੰ ਛੱਡਿਆ ਉਸ ਖੱਤੇ ਦੇ ਅਖੀਰ 'ਤੇ ਜਾ ਕੇ ਵਿੱਚ ਲੱਤਾਂ ਰੱਖ ਕੇ ਤੇ ਪੈ ਗਿਆ ਵੀ ਜਦੋਂ ਪਾਣੀ ਆਊਗਾ ਪੈਰਾਂ ਨੂੰ ਲੱਗੂਗਾ ਤਾਂ ਉੱਠ ਜੂੰਗਾ, ਅਗਲੇ ਨੂੰ ਬੰਨ ਲੂੰਗਾ। ਪਾਣੀ ਪਿੱਛੇ ਟੁੱਟ ਗਿਆ, ਸੁਬਾਹ ਦੇ 7 ਵਜੇ ਜਾ ਕੇ ਉਹਨੂੰ ਉਠਾਇਆ, ਉੱਠਦਾ ਨਹੀਂ। ਕਹਿੰਦਾ ਲੈ ਮੈਂ ਆਪੇ ਉੱਠ ਜਾਣਾ ਸੀਗਾ, ਪਾਣੀ ਅੱਪੜਨ ਦੀ ਦੇਰ। ਆਉਂਦੀਆਂ ਨੇ ਚੇਤੇ ਜਦੋਂ ਗੱਲਾਂ ਮੈਨੂੰ ਤੇਰੀਆਂ, ਹੇ ਰੁੱਸ ਜਾਣੇ ਅੱਖਾਂ ਨਾਲੋਂ ਨੀਂਦਾਂ ਚੰਨ ਮੇਰੀਆਂ, ਹੋਰੇ ਮੁੱਕਣੀ ਐ ਕਦੋਂ ਐ ਜੁਦਾਈ, ਸੋ ਰੱਬ ਦੀ ਨਹੀਂ ਅੱਖ ਕਦੇ ਲਾਈ, ਮੈਂ ਰੂਹਾਂ ਤੈਨੂੰ ਯਾਦ ਕਰਕੇ ਸੱਜਣਾ, ਮੈਂ ਰੂਹਾਂ ਤੈਨੂੰ ਯਾਦ ਕਰਕੇ।